ਸਤਿ ਸ਼੍ਰੀ ਅਕਾਲ ਜੀ ਮੈਂ ਆਭਾ ਸ਼ਰਮਾ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਸਾਡੇ ਖਾਸ ਪ੍ਰੋਗਰਾਮ ਪੰਜਾਬੀ ਬਾਈਟਸ ਦੇ ਵਿੱਚ ਅਤੇ ਅੱਜ ਪੰਜਾਬੀ ਬਾਈਟਸ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਮੁਲਾਕਾਤ ਕਰਾਂਗੇ ਮੈਂ ਸੋਚ ਰਹੀ ਹਾਂ ਕਿ ਉਹਨਾਂ ਦੀ ਇੰਟਰੋਡਕਸ਼ਨ ਕੀ ਦੇਵਾਂ ਕਿਉਂਕਿ ਉਹਨਾਂ ਖੁਦ ਹੀ ਉਹਨਾਂ ਦਾ ਨਾਮ ਹੀ ਇੰਟਰੋਡਕਸ਼ਨ ਆ ਕਿਉਂਕਿ ਉਹਨਾਂ ਕੋਲ ਅਹੁਦੇ ਹੀ ਇੰਨੇ ਨੇ ਉਹ ਰਾਈਟਰ ਵੀ ਨੇ ਡਾਇਰੈਕਟਰ ਵੀ ਨੇ ਅਤੇ ਐਡੀਟਰ ਵੀ ਨੇ ਅਤੇ ਫਿਰ ਉਹਨਾਂ ਦੇ ਨਾਲ ਮੁਲਾਕਾਤ ਕਰਦੇ ਤਾਂ ਵਨ ਐਂਡ ਓਨਲੀ ਰਾਕੇਸ਼ ਮਹਿਤਾ ਜੀ ਸਤਿ ਸ਼੍ਰੀ ਅਕਾਲ ਰਾਕੇਸ਼ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਪੰਜਾਬੀ ਬਾਈਟਸ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਰਾਕੇਸ਼ ਸਰ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਡਾਇਰੈਕਸ਼ਨ ਦੀ ਜੀ ਯੂ ਆਰ ਵੈਲ ਪਰਸਨੈਲਿਟੀਡ ਅਤੇ ਕਿੱਦਾਂ ਸੋਚਿਆ ਕਿ ਇੱਕ ਹੀਰੋ ਜਾਣ ਦੀ ਬਜਾਏ ਇੱਕ ਡਾਇਰੈਕਸ਼ਨ ਵੱਲ ਐਡੀਟਿੰਗ ਜਾਂ ਰਾਈਟਰ ਬਣ ਜਾਵਾਂ ਨਹੀਂ ਬੇਸਿਕਲੀ ਸਿਰਫ ਗੁੱਡ ਲੁਕਸ ਕੰਮ ਨਹੀਂ ਕਰਦੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕੈਮਰੇ 'ਤੇ ਅੱਗੇ ਐਕਟ ਵੀ ਕਰ ਸਕਦੇ ਹੋ ਨਹੀਂ ਕਰ ਸਕਦੇ ਉਹ ਤਾਂ ਮੈਨੂੰ ਪਤਾ ਮੈਂ ਕੈਮਰੇ ਸਾਹਮਣੇ ਐਕਟ ਬਿਲਕੁਲ ਨਹੀਂ ਕਰ ਸਕਦਾ ਕਰਵਾ ਸਕਦਾ ਬਟ ਕਰ ਨਹੀਂ ਸਕਦਾ ਅਤੇ ਕਦੀ ਸੋਚਿਆ ਹੀ ਨਹੀਂ ਇਸ ਬਾਰੇ 'ਚ ਕਰਵਾ ਸਕਦਾ ਕਰ ਨਹੀਂ ਸਕਦਾ ਮਤਲਬ ਕਿੰਨਾ ਕੁ ਡਿਫਰੈਂਸ ਆ ਜਾਂਦਾ ਇਸ ਚੀਜ਼ ਦੇ ਵਿੱਚ ਜ਼ਮੀਨ ਅਸਮਾਨ ਦਾ ਡਿਫਰੈਂਸ ਹੈ ਜੀ ਕਿਉਂਕਿ ਅੱਜ ਕੱਲ ਜਿਨ੍ਹਾਂ ਨੂੰ ਕੈਮਰੇ ਦੇ ਅੱਗੇ ਵੀ ਕੁਛ ਨਹੀਂ ਆਉਂਦਾ ਉਹ ਵੀ ਹੀਰੋ ਨੇ ਆਈ ਕਾਂਟ ਕਮੈਂਟ ਮੈਂ ਕੁਛ ਨਹੀਂ ਬੋਲ ਸਕਦਾ ਪਬਲਿਕ ਆਪਣੇ ਆਪ ਹੀ ਦੱਸ ਦਿੰਦੀ ਜੀ ਆਡੀਅੰਸ ਬਹੁਤ ਸਮਾਰਟ ਹੋ ਗਈ ਹੈ ਹੁਣ ਪੰਜਾਬੀ ਸਿਨੇਮਾ ਬਹੁਤ ਅੱਗੇ ਵੱਧ ਰਿਹਾ ਔਰ ਜਿੰਨੀਆਂ ਵੀ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਨਹੀਂ ਦੇਖਣੀਆਂ ਚਾਹੀਦੀਆਂ ਰਿਜੈਕਟ ਕਰ ਦਿੰਦੇ ਸਿਰੇ ਤੋਂ ਹੀ ਅਤੇ ਤੁਸੀਂ ਬੜੇ ਐਗਜ਼ਾਮਪਲਸ ਨੇ ਰੀਸੈਂਟਲੀ ਲਾਸਟ ਦੋ ਤਿੰਨ ਸਾਲ 'ਚ ਤਾਂ ਬਹੁਤ ਚੇਂਜ ਹੋਇਆ ਅੱਛੀ ਫਿਲਮਾਂ ਹੀ ਚੱਲ ਰਹੀਆਂ ਅੱਛਾ ਕੰਟੈਂਟ ਹੀ ਚੱਲ ਰਿਹਾ ਜਿਹੜੀ ਬੜੀ ਚੰਗੀ ਗੱਲ ਹੈ ਬਿਲਕੁਲ ਅੱਛਾ ਤੁਸੀਂ ਹਿੰਦੀ ਸਿਨੇਮਾ 'ਚ ਵੀ ਕੰਮ ਕੀਤਾ ਤੁਹਾਡੀਆਂ ਕਿੰਨੀਆਂ ਪਿਕਚਰਸ ਆਈਆਂ ਡਰਪੋਕ ਲਾਈਫ ਕੀ ਤੋਂ ਲੱਗ ਗਈ ਹੋਰ ਵੀ ਕਈ ਮੂਵੀ ਸੀਗੀਆਂ ਲਾਈਫ ਕੀ ਤੋਂ ਲੱਗ ਗਈ ਵੈਸੇ ਤਾਂ ਇੱਕੋ ਹੀ ਫਿਲਮ ਸੀ ਜਿਹੜੀ ਹਿੰਦੀ ਮੈਂ ਕੀਤੀ ਹੈ ਉਸ ਤੋਂ ਬਾਅਦ ਮੈਂ ਹਿੰਦੀ ਹਾਲੀ ਨਹੀਂ ਕੀਤੀ ਉਸ ਤੋਂ ਬਾਅਦ ਦੁਬਾਰਾ ਬੇਸਿਕਲੀ ਲਾਈਫ ਕੀ ਤੋਂ ਲੱਗ ਗਈ ਤੋਂ ਪਹਿਲਾਂ ਮੈਂ ਇੱਕ ਫਿਲਮ ਕੀਤੀ ਸੀ ਜਿਹਦਾ ਨਾਂ ਸੀ ਖੁਦਾ ਖੁਸ਼ੀ ਉਹ ਇੱਕ ਘੰਟੇ ਦੀ ਫਿਲਮ ਸੀ ਜਿਹੜੀ ਜਿੱਥੇ ਮੈਨੂੰ 19 ਇੰਟਰਨੈਸ਼ਨਲ ਅਵਾਰਡਸ ਮਿਲੇ ਸੀ ਅਮੈਰੀਕਾ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਈਰਾਨ ਸਭ ਜਗ੍ਹਾ 'ਤੇ ਮਿਲੇ ਸੀ ਉਸ ਤੋਂ ਬਾਅਦ ਫਿਰ ਮੈਂ ਫੀਚਰ ਫਿਲਮ ਦੀ ਤਰਫ ਆਇਆ ਲਾਈਫ ਕਿਤੋਂ ਲੱਗੀ ਬਣਾਈ ਉਹ ਫਿਲਮ ਨਹੀਂ ਪਸੰਦ ਆਈ ਲੋਕਾਂ ਨੂੰ ਵਟ ਐਵਰ ਰੀਜ਼ਨ ਅਤੇ ਉਸ ਤੋਂ ਬਾਅਦ ਫਿਰ ਮੈਂ ਇੱਕ ਸ਼ਾਰਟ ਫਿਲਮ ਬਣਾਈ ਡਰਪੋਕ ਪੰਜਾਬੀ ਜਦੋਂ ਮੈਂ ਸ਼ਾਰਟ ਫਿਲਮ ਬਣਾਈ ਤਾਂ ਮੈਨੂੰ ਲੱਗਿਆ ਮੈਂ ਆਮ ਮੋਰ ਕਲੋਜ਼ ਟੂ ਪੰਜਾਬੀ ਕਲਚਰ ਅਤੇ ਮੈਨੂੰ ਉੱਥੇ ਟਰਾਈ ਕਰਨਾ ਚਾਹੀਦਾ ਹੁਣ ਉੱਥੇ ਇੱਕ ਵਾਰੀ ਅਟੈਂਪਟ ਕਰਨੀ ਚਾਹੀਦੀ ਫਿਰ ਮੈਂ ਵਾਪਸੀ ਬਣਾਈ ਅਤੇ ਵਾਪਸੀ ਦਰਸ਼ਕਾਂ ਨੂੰ ਤਾਂ ਕਾਫੀ ਪਸੰਦ ਆਈ ਜਿਨ੍ਹਾਂ ਜਿਨ੍ਹਾਂ ਨੇ ਵੇਖੀ ਹਾਲਾਂਕਿ ਅਸੀਂ ਬਹੁਤ ਜ਼ਿਆਦਾ ਨਹੀਂ ਪਹੁੰਚਾ ਸਕੇ ਲੋਕਾਂ ਤੱਕ ਉਹਨਾਂ ਦੇ ਵਿੱਚ ਸਾਡਾ ਹੀ ਕਸੂਰ ਮੰਨਿਆ ਜਾਏਗਾ ਬਟ ਲੋਕਾਂ ਨੇ ਬਹੁਤ ਸਰਾਇਆ ਫਿਲਮ ਨੂੰ ਜਿਨ੍ਹਾਂ ਜਿਨ੍ਹਾਂ ਨੇ ਦੇਖਿਆ ਉਹਨਾਂ ਨੇ ਤੇ ਬਹੁਤ ਤਾਰੀਫ ਕੀਤੀ ਅਖਬਾਰਾਂ 'ਚ ਵੀ ਫਸਟ ਸ਼ੋਅ ਦੇਖਿਆ ਸੀ ਵਾਪਸੀ ਦਾ ਔਰ ਮੈਂ ਰੋ ਪਈ ਸੀ ਸਿਨੇਮਾ ਦੇ ਵਿੱਚ ਕਿਉਂਕਿ ਉਹ ਬਹੁਤ ਹਾਰਟ ਟੱਚਿੰਗ ਮੂਵੀ ਸੀ ਅਤੇ ਵਾਪਸੀ ਹੀ ਕਿਉਂ ਸੋਚਿਆ ਕਿਉਂਕਿ ਉਹ ਇੱਕ ਹਾਕੀ ਖਿਡਾਰੀ ਪੰਜਾਬੀ ਆਈ ਥਿੰਕ ਸੋ ਕਿ 84 ਵਾਲੇ ਮੋੜ ਦੀ ਕਹਾਣੀ ਸੀ ਉਹ ਹੈ ਨਾ ਤੁਸੀਂ ਉਹਨੂੰ ਟਰੂ ਸਟੋਰੀ ਪਰਦੇ 'ਤੇ ਪੇਸ਼ ਕੀਤੀ ਅਤੇ ਕਿੱਦਾਂ ਸੋਚਿਆ ਸੀ ਕਿ ਇਹੀ ਵਿਸ਼ਾ ਲੈ ਕੇ ਸੰਜੀਦਾ ਵਿਸ਼ਾ ਹੀ ਜਾਵਾਂ ਜਾਂ ਕਮਰਸ਼ੀਅਲ ਚੁਣਾ ਕੁਛ ਸੀਗਾ ਇੱਦਾਂ ਦੇ ਦਿਮਾਗ ਦੇ ਵਿੱਚ ਨਹੀਂ ਇੱਦਾਂ ਨਹੀਂ ਮੈਂ ਤਾਂ ਦੇਖੋ ਮੈਨੂੰ ਸਿਨੇਮਾ ਬਣਾਉਣਾ ਮੈਨੂੰ ਲੱਗਦਾ ਕਿ ਮੈਨੂੰ ਸਿਨੇਮਾ ਮੈਂ ਬਣਾ ਸਕਦਾ ਮੈਂ ਇਹ ਸੋਚ ਕੇ ਨਹੀਂ ਬਣਾਇਆ ਕਿ ਮੈਂ ਕਮਰਸ਼ੀਅਲ ਫਿਲਮ ਦੀ ਤਰਫ ਜਾਵਾਂ ਮੈਂ ਅੱਗੇ ਵੀ ਫਿਊਚਰ 'ਚ ਵੀ ਕੰਟੈਂਟ ਬੇਸਡ ਫਿਲਮਾਂ ਹੀ ਬਣਾਵਾਂਗਾ ਜਿਹਦੇ 'ਚ ਸਟੋਰੀ ਹੋਏਗੀ ਜਿਹਦੇ 'ਚ ਇਮੋਸ਼ਨ ਹੋਏਗਾ ਅਤੇ ਮੈਂ 12 ਸਾਲ ਜਰਮਨੀ ਰਿਹਾ ਅਤੇ ਜਰਮਨੀ ਮੈਂ ਜਦੋਂ ਰਹਿੰਦਾ ਸੀ ਉਦੋਂ ਉਸ ਦੌਰਾਨ ਮੇਰੀ ਕੁਛ ਲੋਕਾਂ ਨਾਲ ਮੁਲਾਕਾਤ ਹੋਈ ਜਿਹੜੇ ਇੱਥੋਂ ਗਏ ਹੈ ਵਿਚਾਰੇ ਜਿਹੜੇ ਵਾਪਸ ਨਹੀਂ ਆ ਸਕੇ ਅਤੇ ਇੱਕ ਸਾਲ ਪਹਿਲਾਂ ਡੇਢ ਸਾਲ ਪਹਿਲਾਂ ਮੈਂ ਕਿਸੇ ਨੂੰ ਮਿਲਿਆ ਅਤੇ ਉੱਥੋਂ ਮੈਂ ਜਦੋਂ ਸਟੋਰੀ ਉਹਨਾਂ ਦੀ ਸੁਣੀ ਕਿ ਉਹਨਾਂ ਦੀ ਮਾਤਾ ਜੀ ਬਿਮਾਰ ਹੈ ਤਾਂ ਲੇਕਿਨ ਵਾਪਸ ਨਹੀਂ ਆ ਸਕਦੇ 25-26 ਸਾਲ ਉਹਨੂੰ ਗਏ ਹੋਏ ਹੋ ਗਏ ਅਤੇ ਫਿਰ ਮੈਂ ਜਦੋਂ ਸਟੋਰੀ ਸੁਣੀ ਤਾਂ ਮੈਂ ਇੰਸਪਾਇਰ ਹੋਇਆ ਫਿਰ ਮੈਂ ਵਾਪਸੀ ਲਿਖੀ ਅਤੇ ਮੈਂ ਆਪਣੇ ਐਕਟਰਸ ਨੂੰ ਸੁਣਾਈ ਪ੍ਰੋਡਿਊਸਰ ਨੂੰ ਸੁਣਾਈ ਉਹਨਾਂ ਨੂੰ ਬਹੁਤ ਚੰਗੀ ਲੱਗੀ ਉਹਨਾਂ ਕਹਿੰਦੀ ਹੈ ਅਤੇ ਬਣਾਉਣੀ ਚਾਹੀਦੀ ਫਿਲਮ ਫਿਰ ਆਪਾਂ ਫਿਲਮ ਬਣਾਈ ਹੈ ਓਕੇ ਅਤੇ ਹਰੀਸ਼ ਵਰਮਾ ਬਹੁਤ ਉਮਦਾ ਐਕਟਰ ਨੇ ਅਦਾਕਾਰੀ ਉਹਨਾਂ ਦੀ ਕਿਉਂਕਿ ਥੀਏਟਰ ਆਰਟਿਸਟ ਨੇ ਹੈ ਨਾ ਕਿੱਦਾਂ ਚੁਣਿਆ ਕਿ ਤੁਸੀਂ ਹਰੀਸ਼ ਵਰਮਾ ਨੂੰ ਹੀ ਇਹ ਰੋਲ ਦਿੱਤਾ ਜਾਵੇ ਹੋਰ ਵੀ ਵਧੀਆ ਅਦਾਕਾਰ ਹੈਗੇ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤੇ ਜ਼ਿਆਦਾ ਨਹੀਂ ਹੈਗੇ ਥੋੜ੍ਹੇ ਜਿਹੇ ਨੇ ਪਰ ਹਰੀਸ਼ ਵਰਮਾ ਨੂੰ ਕਿਉਂ ਚੁਣਿਆ ਹਰੀਸ਼ ਵਰਮਾ ਬਹੁਤ ਅੱਛਾ ਐਕਟਰ ਹੈ ਹਾਂਜੀ ਬਹੁਤ ਬਹੁਤ ਅੱਛਾ ਇਨਸਾਨ ਵੀ ਹੈ ਮੇਰਾ ਛੋਟਾ ਭਰਾ ਹੈ ਅੱਛਾ ਐਕਟਰ ਹੈ ਅਸੀਂ ਇਸ ਤੋਂ ਪਹਿਲਾਂ ਇੱਕ ਦੋ ਮੁੰਡਿਆਂ ਨੂੰ ਹੋਰ ਆਡੀਸ਼ਨ ਕੀਤੇ ਬਟ ਉਹਨਾਂ 'ਚ ਉਹ ਕੈਪੇਬਿਲਿਟੀ ਨਹੀਂ ਸੀ ਹੋਰ ਜਿਹੜੇ ਦੂਸਰੇ ਐਕਟਰਸ ਹੈ ਪੰਜਾਬੀ ਸਿਨੇਮਾ ਜਿਹਨਾਂ ਦਾ ਬਹੁਤ ਨਾਮ ਹੈ ਉਹ ਮੇਰੀ ਰੀਚ ਵਿੱਚ ਨਹੀਂ ਸੀ ਉਸ ਟਾਈਮ ਅਤੇ ਹਰੀਸ਼ ਨੂੰ ਮੈਂ ਜਾਣਦਾ ਵੀ ਹਾਂ ਅਤੇ ਮੈਂ ਫਿਰ ਹਰੀਸ਼ ਨੂੰ ਜਦੋਂ ਸਟੋਰੀ ਸੁਣਾਈ ਤਾਂ ਹਰੀਸ਼ ਵਾਜ਼ ਵੈਰੀ ਐਕਸਾਈਟਡ ਕਿ ਨਹੀਂ ਆਪਾਂ ਕਰਨੀ ਸਾਨੂੰ ਕਰਨੀ ਚਾਹੀਦੀ ਫਿਲਮ ਮੈਂ ਕਰਾਂਗਾ ਫਿਲਮ ਆਮ ਗ੍ਰੇਟਫੁਲ ਟੂ ਹਿਮ ਉਹਨੇ ਐਕਸੈਪਟ ਕੀਤੀ ਔਰ ਫਿਲਮ ਕੀਤੀ ਔਰ ਫਿਲਮ 'ਚ ਬਿਹਤਰੀਨ ਕੰਮ ਕੀਤਾ ਔਰ ਸਾਰਿਆਂ ਨੇ ਸਰਾਇਆ ਸਾਰਿਆਂ ਨੇ ਦੇਖੀ ਹੈ ਫਿਲਮ ਹਾਂਜੀ ਅਤੇ ਪੰਜਾਬੀ ਸਿਨੇਮਾ ਦੇ ਵਿੱਚ ਤੁਹਾਨੂੰ ਜਦੋਂ ਤੁਸੀਂ ਆਏ ਹੈ ਨਾ ਜਦੋਂ ਤੁਸੀਂ ਓਬਵੀਅਸਲੀ ਪੰਜਾਬੀ ਮੂਵੀਜ਼ ਦੇਖਦੇ ਹੋਵੋਗੇ ਕਿੱਦਾਂ ਦੀਆਂ ਬਣਦੀਆਂ ਨੇ ਪਹਿਲਾਂ ਕਾਮੇਡੀ ਦਾ ਸੀਗਾ ਫਿਰ ਥੋੜ੍ਹੀਆਂ ਸੀਰੀਅਸ ਮੋਡ 'ਤੇ ਮੂਵੀਜ਼ ਹੋ ਗਈਆਂ ਫਿਰ ਐਕਸ਼ਨ ਵੀ ਆਇਆ ਮਤਲਬ ਕਾਫੀ ਜੈਨਰ ਦੀਆਂ ਕਹਿ ਲਓ ਕਿ ਮੂਵੀਜ਼ ਬਣਨੀਆਂ ਸ਼ੁਰੂ ਹੋ ਗਈਆਂ ਅਤੇ ਤੁਸੀਂ ਮਤਲਬ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਪੰਜਾਬੀ ਸਿਨੇਮਾ ਦੇ ਵਿੱਚ ਕੰਟੈਂਟ ਦੀ ਕਾਫੀ ਕਮੀ ਹੈਗੀ ਆ
ਕਿ ਵਧੀਆ ਡਾਇਰੈਕਟਰ ਨਹੀਂ ਆ, ਵਧੀਆ ਰਾਈਟਰ ਨਹੀਂ ਆ, ਜਾਂ ਕਿ ਬਸ ਠੀਕ ਆ ਕਿ ਜੇ ਲੋਕਾਂ ਨੂੰ ਹਾਸੀਆਂ ਖੇਡੀਆਂ ਹੋ ਜਾਣ ਤਾਂ ਮੂਵੀ ਚੱਲ ਜਾਂਦੀ ਆ? ਨਹੀਂ, ਇਸ ਤਰ੍ਹਾਂ ਦੀ ਗੱਲ ਨਹੀਂ ਹੈ। ਦੇਖੋ, ਆਡੀਅੰਸ ਨੂੰ ਤੁਸੀਂ ਜੋ ਸਰਵ ਕਰ ਰਹੇ ਹੋ ਉਹ ਆਡੀਅੰਸ ਖਾ ਰਹੀ ਹੈ ਆਡੀਅੰਸ ਨੂੰ, ਲੇਕਿਨ ਹੁਣ ਆਡੀਅੰਸ ਨੂੰ ਆਡੀਅੰਸ ਦਾ ਜਿਹੜਾ ਟੇਸਟ ਹੈ ਨਾ ਉਹ ਬਦਲਦਾ ਜਾ ਰਿਹਾ ਧੀਰੇ ਧੀਰੇ। ਹੁਣ ਉਹਨਾਂ ਨੂੰ ਪਤਾ ਲੱਗ ਰਿਹਾ ਕਿ ਅੱਛੀ ਫਿਲਮਾਂ ਵੀ ਬਣ ਸਕਦੀਆਂ। ਲਿਟਰੇਚਰ ਤਾਂ ਪੰਜਾਬ ਦਾ ਮਹਾਨ ਹੈ, ਬਿਲਕੁਲ ਕੋਈ ਮੁਕਾਬਲਾ ਹੀ ਨਹੀਂ। ਇੰਨਾ ਲਿਟਰੇਚਰ ਹੈ, ਇੰਨੀ ਸਟੋਰੀਜ਼ ਹੈ, ਮਤਲਬ ਹਰ ਘਰ 'ਚ ਇੱਕ ਸਟੋਰੀ ਹੈ। ਅਗਰ ਤੁਸੀਂ 1990 or 1991 ਜਿਹੜਾ ਪੋਸਟ 84 ਜਿਹੜਾ ਉਸ ਤੋਂ ਬਾਅਦ ਜਿਹੜੇ ਜੋ ਜੋ ਚੀਜ਼ਾਂ ਹੋਈਆਂ, ਤੁਸੀਂ ਪੰਜਾਬ ਦੇ ਹਰ ਘਰ ਵੜ ਜਾਓ ਤੁਹਾਨੂੰ ਕੋਈ ਨਾ ਕੋਈ ਸਟੋਰੀ ਮਿਲ ਜਾਏਗੀ। ਬਟ ਠੀਕ ਹੈ, ਆਪਾਂ ਸਾਰੀਆਂ ਸਟੋਰੀਆਂ ਨਹੀਂ ਬਣਾ ਸਕਦੇ। ਅਦਰਵਾਈਜ਼ ਆਡੀਅੰਸ ਦਾ ਟੇਸਟ ਹੁਣ ਬਦਲਣਾ ਸ਼ੁਰੂ ਹੋ ਗਿਆ। ਪਹਿਲਾਂ ਉਹਨਾਂ ਨੂੰ ਜੋ ਆਪਾਂ ਪਰੋਸ ਰਹੇ ਸੀ ਨਾ ਉਹ ਖਾ ਰਹੇ ਸੀ, ਅਤੇ ਸਾਨੂੰ ਲੱਗ ਰਿਹਾ ਸੀ ਇਹਨਾਂ ਨੂੰ ਇਹੀ ਟੇਸਟ ਵਧੀਆ ਲੱਗਦਾ। ਅਤੇ ਹੁਣ ਕੁਛ ਡਾਇਰੈਕਟਰਸ, ਅੱਛੇ ਡਾਇਰੈਕਟਰਸ ਨੇ, ਅੱਛੇ ਐਕਟਰਸ, ਅੱਛੇ ਪ੍ਰੋਡਿਊਸਰਸ ਨੇ ਫਿਲਮਾਂ ਬਣਾਈਆਂ, ਉਹਨਾਂ ਨੂੰ ਉਹਨਾਂ ਦੇ ਸਾਹਮਣੇ ਸਰਵ ਕੀਤਾ, ਉਹਨਾਂ ਨੂੰ ਅੱਛੇ ਲੱਗਿਆ। ਹੁਣ ਤੁਸੀਂ ਚੇਂਜ ਆਇਆ, ਚੇਂਜ ਜਿਹੜਾ ਆ ਗਿਆ, ਹੁਣ ਤੁਸੀਂ ਪੁਰਾਣੇ ਸਟਾਈਲ ਜਾਂ ਜੋ ਵੀ ਜਿਹਨੂੰ ਤੁਸੀਂ ਕਹਿ ਰਹੇ ਹੋ ਕਿ ਬੇਕਾਰ ਕਾਮੇਡੀ ਔਰ ਬੇਕਾਰ, ਉਹ ਕਰੋਗੇ ਕੋਈ ਦੇਖਣ ਹੀ ਨਹੀਂ ਜਾਣਗੇ। ਜਿੰਨਾ ਮਰਜ਼ੀ ਪੈਸਾ ਲਾ ਦਿਓ, ਬਿਲਕੁਲ ਉਹਨਾਂ ਨੇ ਦੇਖਣੀ, ਉਹ ਤੁਹਾਨੂੰ ਯੂਟਿਊਬ 'ਤੇ ਮਿਲੀਅਨਸ ਵਿਊ ਦੇ ਦੇਣਗੇ। ਬਟ ਯੂਟਿਊਬ 'ਤੇ ਮਿਲੀਅਨ ਵਿਊਜ਼ ਦਾ ਮਤਲਬ ਇਹ ਨਹੀਂ ਕਿ ਤੁਹਾਡੀ ਫਿਲਮ ਵੀ ਮਿਲੀਅਨਸ ਲੋਕ ਦੇਖਣ ਆ ਜਾਣਗੇ। ਉਹ ਫਿਲਮ ਸਿਨੇਮਾ 'ਤੇ ਜਿਸ ਦਿਨ ਲੱਗਣੀ ਉਹਦੇ ਪਤਾ ਲੱਗਣਾ ਕਿ ਕਿੰਨੇ ਲੋਕ ਦੇਖਣਾ ਹੈ। ਅਤੇ ਮੇਰੇ ਖਿਆਲ 'ਚ ਇਹ ਚੀਜ਼ਾਂ 'ਚ ਨਹੀਂ ਜਾਣਾ ਚਾਹੀਦਾ ਕਿ ਮਿਲੀਅਨਸ ਵਿਊ ਹੋ ਗਏ ਜੀ, 5 million ਹੋ ਗਏ, 10 million ਹੋ ਗਏ, ਕੁਛ ਫਰਕ ਨਹੀਂ ਪੈਣਾ ਉਹਦੇ ਨਾਲ। ਤੁਹਾਡਾ ਟ੍ਰੇਲਰ ਅੱਛਾ, ਤੁਹਾਡੀ ਫਿਲਮ ਦਾ ਟ੍ਰੇਲਰ ਲੋਕਾਂ ਨੂੰ ਚੰਗਾ ਲੱਗਿਆ, ਉਹ ਫਿਲਮ ਦੇਖਣ ਆਉਣਗੇ। ਔਰ ਫਿਲਮ ਉਹਨਾਂ ਨੂੰ ਨਹੀਂ ਚੰਗੀ ਲੱਗੀ, ਉਹਨਾਂ ਨੇ ਨਾਲ ਹੀ ਸੋਸ਼ਲ ਸਾਈਟ 'ਚ ਪਾਉਣਾ ਸ਼ੁਰੂ ਕਰਤਾ, ਤੁਹਾਡੀ ਫਿਲਮ ਉੱਡ ਜਾਣੀ। ਬਿਲਕੁਲ। ਅਤੇ ਹੁਣ ਅੱਛੀ ਫਿਲਮਾਂ ਦਾ ਹੀ ਦੌਰ ਆਉਣਾ, ਉਹ ਜੋ ਜਿਹੜੀ ਬੜੀ ਚੰਗੀ ਗੱਲ ਹੈ ਕਿ ਅੱਛੀ ਫਿਲਮਾਂ ਦਾ ਟੇਸਟ ਲੋਕਾਂ ਨੂੰ ਪਤਾ ਲੱਗ ਗਿਆ, ਹੁਣ ਤੁਸੀਂ ਬੇਕਾਰ ਚੀਜ਼ ਨਹੀਂ ਦੇ ਸਕਦੇ। ਅੱਜ ਕੱਲ੍ਹ ਪੰਜਾਬੀ ਇੰਡਸਟਰੀ ਦੇ ਵਿੱਚ ਚਾਹੇ ਉਹ ਪ੍ਰੋਫੈਸ਼ਨਲੀ ਜਾਂ ਬੇਸਿਕਲੀ, ਚਾਹੇ ਉਹ ਐਕਟਰ ਦੀ ਗੱਲ ਹੋਵੇ, ਡਾਇਰੈਕਟਰ ਦੀ ਗੱਲ ਹੋਵੇ, ਰਾਈਟਰ ਦੀ ਗੱਲ ਹੋਵੇ, ਜਾਂ ਪ੍ਰੋਡਿਊਸਰ ਦੀ, ਐਡੀਟਰ ਦੀ, ਹੈ ਨਾ, ਜਿੰਨੇ ਵੀ ਆਪਣੇ ਆਉਂਦੇ ਨੇ ਸਾਰੇ ਪ੍ਰੋਫੈਸ਼ਨਸ, ਚਾਹੇ ਉਹ ਇਸ ਚੀਜ਼ 'ਚ ਨਾ ਹੋਣ, ਚਾਹੇ ਕਿਸੇ ਦੀ ਵੀ ਗੱਲ ਹੋਵੇ, ਹੈ ਨਾ, ਪਰ ਫਿਰ ਵੀ ਉਹ ਇਸ ਚੀਜ਼ 'ਚ ਅੱਗੇ ਆ ਜਾਂਦੇ ਨੇ। ਤੁਹਾਨੂੰ ਕੀ ਲੱਗਦਾ ਕਿ ਸੱਚੀ 'ਚ ਸਿੱਖ ਕੇ ਆਉਣਾ ਚਾਹੀਦਾ ਆ ਕਿ ਕੋਈ ਵੀ ਉੱਠਿਆ ਤੇ ਚਲੋ ਜੀ ਡਾਇਰੈਕਟਰ ਬਣ ਗਿਆ, ਵੀ ਮੈਂ ਤਾਂ ਡਾਇਰੈਕਟਰ ਆ, ਸਿਰਫ ਇੱਕ ਨਾਮ ਕਰਕੇ, ਪੈਸੇ ਕਰਕੇ ਜਾਂ ਫੇਮ ਕਰਕੇ? ਵਾਟ ਡੂ ਯੂ ਥਿੰਕ ਅਬਾਊਟ ਦੈਟ? ਕੀ ਲੱਗਦਾ? ਦੇਖੋ, ਕੋਈ ਵੀ ਤੁਸੀਂ ਕੰਮ ਕਰਦੇ ਸਿੱਖਣਾ ਤਾਂ ਬਹੁਤ ਜ਼ਰੂਰੀ ਹੈ, ਬਿਨਾਂ ਸਿੱਖੇ ਤਾਂ ਕਰਨਾ ਵੀ ਨਹੀਂ ਚਾਹੀਦਾ। ਔਰ ਜਿਹੜੇ ਪੈਸੇ ਕਰਕੇ ਕਰਦੇ ਆ ਉਹ ਡੈਫੀਨੇਟਲੀ ਉਹਨਾਂ ਦਾ ਨੁਕਸਾਨ ਹੀ ਹੋਣਾ, ਕੋਈ ਫਾਇਦਾ ਨਹੀਂ ਹੋਣਾ ਉਹਨਾਂ ਨੂੰ। ਲੋਕਾਂ ਨੂੰ ਚੀਜ਼ ਉਹੀ ਪਸੰਦ ਆਉਣੀ ਜਿਹੜੀ ਵਧੀਆ ਵਧੀਆ, ਅਤੇ ਸਿੱਖਣਾ ਬਹੁਤ ਜ਼ਰੂਰੀ ਹੈ, ਮਤਲਬ ਐਜੂਕੇਸ਼ਨ ਬਹੁਤ ਜ਼ਰੂਰੀ ਹੈ, ਫਿਜ਼ਿਕ ਮਤਲਬ ਟ੍ਰੇਨਿੰਗ ਜਿਹੜੀ ਹੈ ਨਾ ਉਹ ਬਹੁਤ ਜ਼ਰੂਰੀ ਹੈ। ਤੁਸੀਂ ਪੜ੍ਹ ਕੇ ਵੀ ਕਰ ਸਕਦੇ ਹੋ ਔਰ ਪ੍ਰੈਕਟੀਕਲੀ ਵੀ ਕਰ ਸਕਦੇ ਹੋ, ਮਤਲਬ ਥਿਓਰੀ ਐਂਡ ਪ੍ਰੈਕਟੀਕਲ ਦੋਨੋਂ ਬਹੁਤ ਜ਼ਰੂਰੀ ਹੈ, ਬਿਨਾਂ ਟ੍ਰੇਨਿੰਗ ਦੇ ਨਾ ਕਰੋ ਤਾਂ ਜ਼ਿਆਦਾ ਬੈਟਰ ਹੈ। ਹਿੰਦੀ ਸਿਨੇਮਾ ਦੇ ਵਿੱਚ ਕਾਫੀ ਕੰਟੈਂਟ ਬੇਸਡ ਮੂਵੀਜ਼ ਬਣਦੀਆਂ ਨੇ, ਟਰੂ ਸਟੋਰੀਜ਼ 'ਤੇ ਬਣਦੀਆਂ ਨੇ, ਇੰਸਪਾਇਰ ਹੋ ਕੇ ਬਣਦੀਆਂ ਨੇ, ਹੈ ਨਾ, ਪਰ ਪੰਜਾਬੀ ਸਿਨੇਮਾ ਦੇ ਵਿੱਚ ਉਸ ਚੀਜ਼ ਨੂੰ ਇੰਨਾ ਨਹੀਂ ਦਿੱਤਾ ਜਾਂਦਾ, ਸ਼ਾਇਦ ਹਲੇ ਸਾਡਾ ਪੰਜਾਬੀ ਸਿਨੇਮਾ ਥੋੜ੍ਹਾ ਛੋਟਾ ਆ ਅਕੋਰਡਿੰਗ ਟੂ ਦਾ ਹਿੰਦੀ ਸਿਨੇਮਾ, ਹੈ ਨਾ। ਸੋ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਇਹੋ ਜਿਹੀ ਚੀਜ਼ ਦੀ ਲੋੜ ਹੈਗੀ ਆ, ਕਿਉਂਕਿ ਤੁਸੀਂ ਹਿੰਦੀ 'ਚ ਵੀ ਕੰਮ ਕੀਤਾ ਅਤੇ ਪੰਜਾਬੀ 'ਚ ਵੀ ਕਰ ਰਹੇ ਹੋ, ਕੀ ਚੀਜ਼ ਦੀ ਲੋੜ ਆ, ਕਿ ਜੇ ਕਿਸ ਚੀਜ਼ ਦੀ ਘਾਟ ਆ ਸਾਡੇ ਪੰਜਾਬੀ ਸਿਨੇਮਾ 'ਚ ਕਿ ਉਹ ਪੂਰੀ ਕੀਤੀ ਜਾ ਸਕਦੀ ਆ ਜਾਂ ਨਹੀਂ ਕੀਤੀ ਜਾ ਸਕਦੀ? ਕੋਈ ਘਾਟ ਨਹੀਂ ਹੈ ਜੀ, ਕੋਈ ਵੀ ਘਾਟ ਨਹੀਂ ਹੈ। ਹੁਣ ਤਾਂ ਮੈਂ ਉਹੀ ਦੱਸ ਰਿਹਾ, ਆਉਣ ਵਾਲਾ ਟਾਈਮ ਬਹੁਤ ਚੰਗਾ ਹੈ ਪੰਜਾਬੀ ਸਿਨੇਮਾ ਵਾਸਤੇ। ਸਾਡਾ ਕੰਪੈਰੀਜ਼ਨ ਨਹੀਂ ਹੈ ਆਪਣਾ ਹਿੰਦੀ ਸਿਨੇਮਾ ਦੇ ਨਾਲ, ਕਿਉਂਕਿ ਬਹੁਤ ਮਤਲਬ ਵਾਸ ਹੈ ਆਡੀਅੰਸ ਔਰ ਬਹੁਤ ਪੈਸਾ ਹੈ, ਬਹੁਤ ਸਾਰੇ ਸਟੂਡੀਓਜ਼ ਹੈ, ਪ੍ਰੋਡਿਊਸਰਸ ਹੈ, ਡਾਇਰੈਕਟਰਸ ਹੈ, ਐਕਟਰਸ ਹੈ। ਸਾਡਾ ਛੋਟੀ ਇੰਡਸਟਰੀ ਹੈ, ਬਟ ਘਾਟ ਕਿਸ ਚੀਜ਼ ਦੀ ਨਹੀਂ ਹੈ, ਉਹੀ ਹੈ ਕਿ ਸਟੋਰੀਆਂ ਬੜੀਆਂ ਹੈ, ਹੁਣ ਅੱਛੇ ਅੱਛੇ ਡਾਇਰੈਕਟਰਸ ਵੀ ਆ ਰਹੇ ਹੈ, ਬੜੀਆਂ ਚੰਗੀਆਂ ਚੰਗੀਆਂ ਫਿਲਮਾਂ ਵੀ ਆ ਰਹੀਆਂ। ਹੁਣ ਮਤਲਬ ਅਸੀਂ ਅੱਗੇ ਹੀ ਜਾਵਾਂਗੇ, ਪਿੱਛੇ ਨਹੀਂ ਆਵਾਂਗੇ, ਇਹ ਪੱਕਾ ਹੈ। ਅਤੇ ਰਾਕੇਸ਼ ਮਹਿਤਾ ਦੀ ਜੇਕਰ ਗੱਲ ਕਰੀਏ ਐਜ਼ ਆ ਡਾਇਰੈਕਸ਼ਨ ਦੀ, ਪਹਿਲਾਂ ਗੱਲ ਕਰਦੇ ਹਾਂ, ਤੁਸੀਂ ਕਿਸ ਤੋਂ ਇੰਸਪਾਇਰ ਹੋ, ਕਿ ਕਿਹਦੀ ਡਾਇਰੈਕਸ਼ਨ ਤੁਹਾਨੂੰ ਸਭ ਤੋਂ ਵਧੀਆ ਲੱਗਦੀ ਜੇਕਰ ਇਕੱਲੀ ਪਹਿਲਾਂ ਹਿੰਦੀ ਸਿਨੇਮਾ ਦੀ ਗੱਲ ਕਰੀਏ ਤਾਂ? ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਵਿਸ਼ਾਲ ਭਾਰਦਵਾਜ ਮੈਨੂੰ ਲੱਗਦਾ ਬਹੁਤ ਅੱਛਾ ਡਾਇਰੈਕਟਰ ਹੈ। ਅਗਰ ਪਿਛਲੇ ਦੌਰ ਦੀ ਗੱਲ ਕਰੀਏ, ਰਾਜ ਕਪੂਰ, ਗੁਰੂਦੱਤ, ਇਹਨਾਂ ਤੋਂ ਅੱਛਾ ਕੋਈ ਜੀਨੀਅਸ ਮਤਲਬ ਸਾਡੀ ਇੰਡਸਟਰੀ 'ਚ ਕੋਈ ਪੈਦਾ ਨਹੀਂ ਹੋਇਆ ਔਰ ਨਾ ਹੀ ਕੋਈ ਫਿਲਹਾਲ ਨਜ਼ਰ ਆ ਰਹੇ। ਰਾਜ ਕਪੂਰ ਵਾਜ਼ ਅ ਬ੍ਰਿਲੀਅੰਟ ਡਾਇਰੈਕਟਰ, ਮਤਲਬ ਇੱਕ ਇੱਕ ਫਰੇਮ ਉਹਨਾਂ ਦਾ ਬੋਲਦਾ, ਇੱਕ ਇੱਕ ਸ਼ਾਟ ਬੋਲਦਾ, ਮਤਲਬ ਉਹਨਾਂ ਦਾ ਸਕਰੀਨ ਪੇ ਜ਼ਬਰਦਸਤ ਹੁੰਦਾ, ਆਪ ਹੀ ਲਿਖਦੇ ਸੀ, ਆਪ ਹੀ ਮਿਊਜ਼ਿਕ ਚੂਜ਼, ਕੋਈ ਮੁਕਾਬਲਾ ਨਹੀਂ ਹੈ। ਅਤੇ ਮੈਂ ਉਹਨਾਂ ਦਾ ਬਹੁਤ ਵੱਡਾ ਫੈਨ ਰਿਹਾ, ਅੱਜ ਵੀ ਹਾਂ। ਅੱਛਾ ਰਾਕੇਸ਼ ਜੀ, ਮੈਨੂੰ ਐਕਚੁਲੀ ਡਾਇਰੈਕਸ਼ਨ ਐਡੀਟਿੰਗ ਬਾਰੇ ਇੰਨਾ ਨਹੀਂ ਪਤਾ, ਸੁਣਿਆ ਹੈ ਕਿ ਜਿਹੜਾ ਐਡੀਟਰ ਇੱਕ ਹੁੰਦਾ ਉਹ ਬਹੁਤ ਵਧੀਆ ਡਾਇਰੈਕਟਰ ਵੀ ਹੁੰਦਾ, ਕਿਉਂਕਿ ਉਹਨੂੰ ਪਤਾ ਕਿ ਜਿਹੜੀਆਂ ਚੀਜ਼ਾਂ ਉਹਨੇ ਕੀਤੀਆਂ ਨੇ ਉਹ ਮਾਇੰਡ 'ਚ ਰੱਖਦਾ ਕਿ
ਐਡਿਟ ਇਹਨੂੰ ਕਿਹੜੀ ਚੀਜ਼ ਨੂੰ ਮੈਂ ਐਡਿਟ ਕਰੂੰਗਾ ਜਾਂ ਉਹ ਕੀਤੀ ਨਾ ਜਾਵੇ ਜੀ, ਹੈ ਨਾ, ਇਹ ਚੀਜ਼ ਹੁੰਦੀ ਆ। ਅਤੇ ਕਿੱਦਾਂ ਸੋਚਦੇ ਹੋ ਜਦੋਂ ਤੁਸੀਂ ਡਾਇਰੈਕਸ਼ਨ ਕਰਦੇ ਹੋ ਜਾਂ ਐਡੀਟਿੰਗ ਕਰਦੇ ਹੋ? ਪਹਿਲਾਂ ਇਹਨਾਂ ਦੋ ਚੀਜ਼ਾਂ ਤੋਂ ਨੇ, ਰਾਈਟਿੰਗ ਬਾਰੇ ਤੁਹਾਨੂੰ ਮੈਂ ਬਾਅਦ 'ਚ ਪੁੱਛੂੰਗੀ, ਅਤੇ ਕਿੱਦਾਂ ਸੋਚਦੇ ਹੋ ਫਿਰ ਇਹ ਸਾਰੀਆਂ ਚੀਜ਼ਾਂ? ਅਗਰ ਤੁਸੀਂ ਅੱਛੇ ਐਡੀਟਰ ਹੋ, ਤੁਹਾਨੂੰ ਐਡੀਟਿੰਗ ਦੀ ਸੈਂਸ ਹੈਗੀ ਹੈ, ਅਤੇ ਤੁਸੀਂ ਅੱਛੇ ਡਾਇਰੈਕਟਰ ਬਣ ਸਕਦੇ ਹੋ। ਔਰ ਇਹਦੇ ਬੜੇ ਵੱਡੇ ਵੱਡੇ ਇਗਜ਼ਾਮਪਲਸ ਵੀ ਹੈ, ਰਾਜੂ ਹੀਰਾਨੀ ਇਜ਼ ਦਾ ਬਿਗੈਸਟ ਇਗਜ਼ਾਮਪਲ, ਹੋਰ ਵੀ ਕਾਫੀ ਇਗਜ਼ਾਮਪਲਸ ਹੈ। ਅਤੇ ਮੈਂ ਸਭ ਤੋਂ ਪਹਿਲਾਂ ਸਿੱਖਿਆ ਸੀ ਕਿ ਐਡੀਟਿੰਗ ਦੀ ਜਿਹੜੀ ਸੈਂਸ ਹੈ ਉਹ ਜ਼ਰੂਰੀ ਹੈ। ਉਹਦਾ ਫਾਇਦਾ ਇੰਨਾ ਹੋ ਜਾਂਦਾ ਹੈ ਕਿ ਮੈਂ ਵਾਪਸੀ ਸਿਰਫ 23 ਦਿਨਾਂ ਸ਼ੂਟ ਕੀਤੀ, 23 ਡੇਜ਼ ਓਨਲੀ ਪੂਰੀ ਫਿਲਮ। ਔਰ ਮੈਨੂੰ ਪਤਾ ਸੀ ਕਿ ਮੇਰੇ ਫਰੇਮ ਕਿਹੜੇ ਲੱਗਣੇ ਆ, ਉਹ ਮੈਨੂੰ ਪਤਾ ਹੁੰਦਾ ਹੈ ਕਿ ਮੈਂ ਫਰੇਮ ਲਗਾਵਾਂਗਾ, ਇਹੀ ਫਰੇਮ ਕੰਮ 'ਚ ਆਉਣਾ ਹੈ। ਜਿੰਨੇ ਮਰਜ਼ੀ ਸ਼ੂਟ ਕਰੀ ਜਾਓ, ਐਕਸਸ ਦਾ ਜਿੰਨਾ ਮਰਜ਼ੀ ਸ਼ੂਟ ਕਰੀ ਜਾਓ, ਅਤੇ ਇਹ ਫਾਇਦਾ ਕਿ ਤੁਸੀਂ ਪ੍ਰੋਡਕਸ਼ਨ ਦਾ ਜਿਹੜਾ ਟਾਈਮ ਹੈ ਉਹ ਤੁਸੀਂ ਬਚਾ ਲੈਂਦੇ ਹੋ, ਜਿਹੜੀ ਕਿ ਜਿਹੜਾ ਨਹੀਂ ਦੈਟ ਸ਼ੂਟਿੰਗ ਦਾ ਜਿਹੜਾ ਟਾਈਮ ਹੈ ਉਹ ਤੁਸੀਂ ਕਾਫੀ ਬਚਾ ਸਕਦੇ ਹੋ। ਜੇ ਤੁਸੀਂ ਸ਼ੂਟਿੰਗ ਪ੍ਰੋਡਕਸ਼ਨ ਦਾ ਟਾਈਮ ਬਚਾ ਲਿਆ ਤਾਂ ਮਤਲਬ ਤੁਸੀਂ ਕਾਫੀ ਪੈਸੇ ਬਚਾ ਲਏ, ਮਤਲਬ ਕੋਸਟ ਬਚਾ ਲਈ ਪ੍ਰੋਡਿਊਸਰ ਦੀ। ਅਤੇ ਐਡੀਟਿੰਗ ਸੈਂਸ ਹੋਣਾ ਬਹੁਤ ਜ਼ਰੂਰੀ ਹੈ ਡਾਇਰੈਕਟਰ ਨੂੰ, ਇਹ ਮੇਰਾ ਮੰਨਣਾ। ਅਤੇ ਤੁਸੀਂ ਮਤਲਬ ਲਿਖਣਾ ਕਿੱਦਾਂ ਸ਼ੌਂਕ ਆ ਗਿਆ ਨਾਲ, ਕੀ ਸੋਚਿਆ ਸੀਗਾ ਤੁਸੀਂ, ਇਸ ਸੋਚਿਆ ਕੀ ਸੀਗਾ ਕੀ ਬਣਨਾ, ਮੈਂ ਡਾਇਰੈਕਟਰ ਬਣਨਾ, ਐਡੀਟਰ ਬਣਨਾ ਜਾਂ ਰਾਈਟਰ ਬਣਨਾ? ਨਹੀਂ, ਮੈਂ ਉਹੀ ਦੱਸ ਰਿਹਾ ਤੁਹਾਨੂੰ, ਜਿਹੜਾ ਡਾਇਰੈਕਟਰ ਹੈ ਉਹਨੂੰ ਅੱਛਾ ਇੱਕ ਨਰੇਟਰ, ਸਟੋਰੀ ਨਰੇਟਰ ਹੋਣਾ ਵੀ ਬਹੁਤ ਜ਼ਰੂਰੀ ਹੈ। ਕਿ ਅਗਰ ਤੁਸੀਂ ਕਿਸੇ ਨੂੰ ਸਟੋਰੀ ਸੁਣਾਉਂਦੇ ਹੋ ਤਾਂ ਉਹ ਸਟੋਰੀ ਨੂੰ ਇੰਨੇ ਅੱਛੇ ਤਰੀਕੇ ਨਾਲ ਸੁਣਾਓ ਕਿ ਉਹ ਨਾ ਕਰ ਹੀ ਨਾ ਸਕੇ, ਉਹਨੂੰ ਲੱਗੇ ਕਿ ਹਾਂ ਯਾਰ ਸਟੋਰੀ 'ਚ ਦਮ ਹੈ, ਭਾਵੇਂ ਸਟੋਰੀ ਠੀਕ ਠਾਕ ਜੀ ਹੋਏ। ਅਤੇ ਮੈਂ ਬਚਪਨ ਤੋਂ ਹੀ, ਜਦੋਂ ਮੈਂ ਛੋਟਾ ਸੀ ਉਦੋਂ ਮੇਰੇ ਕੋਲ ਸਾਡੇ ਮਤਲਬ ਇੰਨੇ ਕੋਈ ਰਿਸੋਰਸਫੁਲ ਨਹੀਂ ਤੇ ਇਹੋ ਜਿਹੇ ਹੈਗੇ ਨਹੀਂ ਸੀ ਆਪਣੇ, ਅਤੇ ਮੈਂ ਸਟੋਰੀਆਂ ਬੜੀਆਂ ਮਤਲਬ ਸੋਚਦਾ ਰਹਿੰਦਾ ਸੀ ਕਿ ਯਾਰ ਇਹ ਸਟੋਰੀ ਬਣਾ, ਘਰ ਜਿਵੇਂ ਝੂਠ ਬੋਲਣਾ ਤਾਂ ਉਹ ਸਟੋਰੀ ਬਣਾ ਲੈਣੀ ਕਿ ਹਾਂ ਇੱਦਾਂ ਹੋ ਗਿਆ, ਉਹ ਘਰ ਵਾਲੇ ਯਕੀਨ ਕਰ ਲੈਂਦੇ। ਤਾਂ ਸ਼ੁਰੂਆਤ ਤਾਂ ਉੱਥੋਂ ਹੀ ਹੋਈ ਹੈ ਕਿ ਸਟੋਰੀ ਜਿਹੜੀ ਆ ਘਰ ਬਣਾ ਲਈ, ਸਕੂਲ 'ਚ ਬਣਾ ਲਈ, ਮਾਸਟਰਾਂ ਦੇ ਸਾਹਮਣੇ, ਉਹ ਬਸ ਉੱਥੋਂ ਸ਼ੁਰੂਆਤ ਹੋਈ ਹੈ ਕਿ ਸਟੋਰੀ ਬਣਾਉਣਾ ਆ ਗਿਆ, ਕਿ ਸਟੋਰੀ ਬਣਾਉਣੀ ਬੜੀ ਜ਼ਰੂਰੀ ਹੈ। ਅਤੇ ਸਟੋਰੀ ਬਣਾਉਣੀ ਆ ਗਈ ਤਾਂ ਫਿਰ ਡਾਇਰੈਕਸ਼ਨ ਤਾਂ ਫਿਰ ਆ ਹੀ ਜਾਂਦੀ ਹੈ ਉਸ ਤੋਂ ਬਾਅਦ। ਜਦੋਂ ਤੁਸੀਂ ਡਾਇਰੈਕਸ਼ਨ ਕਰਦੇ ਹੋ, ਕਈ ਡਾਇਰੈਕਟਰ ਜੇਕਰ ਫਰਾਹਾਂ ਖਾਨ ਦੀ ਗੱਲ ਕਰੀਏ ਤਾਂ ਉਹ ਬਹੁਤ ਝਿੜਕਦੀ ਆ ਜੋ ਸੁਣਨ 'ਚ ਆਇਆ ਨਾ, ਵੀ ਉਹ ਫਟਾਫਟ ਟੋਕ ਦਿੰਦੀ ਹੈ ਕਿ ਨਹੀਂ ਜੀ ਇੱਦਾਂ ਨਹੀਂ ਕਰਨਾ, ਇੱਦਾਂ ਨਹੀਂ ਕਰਨਾ। ਤੁਹਾਡੇ ਜਦੋਂ ਤੁਸੀਂ ਡਾਇਰੈਕਟ ਕਰਦੇ ਹੋ ਮੂਵੀ ਤਾਂ ਕੀ ਚੀਜ਼ਾਂ ਨੂੰ ਦਿਮਾਗ 'ਚ ਰੱਖਦੇ ਹੋ, ਜਾਂ ਇੱਕ ਵਾਰੀ 'ਚ ਸਭ ਓਕੇ ਹੋ ਜਾਂਦਾ ਆ, ਜਾਂ ਸੋਚਦੇ ਹੋ ਕਿ ਨਹੀਂ ਵੀ, ਜਾਂ ਤੁਹਾਡੀ ਜਿਹੜੀ ਖੁਦ ਦੀ ਕੋਈ ਚੀਜ਼ ਹੋਵੇ ਜਿਹੜੀ ਤੁਹਾਨੂੰ ਖੁਦ ਨੂੰ ਚੰਗੀ ਨਾ ਲੱਗਦੀ ਹੋਵੇ ਕਿ ਹਾਂ ਬਈ ਇਹ ਚੀਜ਼ ਸ਼ਾਇਦ ਨਾ ਹੋਵੇ ਜਾਂ ਇੱਦਾਂ ਦਾ ਕੁਛ ਡਾਇਰੈਕਸ਼ਨ ਦੇ ਵਿੱਚ? ਜੀ ਨਹੀਂ, ਇੱਦਾਂ ਦੀ ਸਿਚੁਏਸ਼ਨਸ ਆਉਂਦੀਆਂ ਉਹ ਕਿਸੇ ਡਾਇਰੈਕਟਰ ਨਾਲ ਵੀ ਆ ਸਕਦੀਆਂ ਕਿ ਤੁਹਾਡਾ ਐਕਟਰ ਜਾਂ ਓਵਰਆਲ ਕੋਈ ਹੋਰ ਕੋ ਐਕਟਰਸ ਠੀਕ ਨਹੀਂ ਕਰ ਰਹੇ, ਅਤੇ ਝਿੜਕਣਾ ਤਾਂ ਖੈਰ ਕੀ ਮਤਲਬ ਹੁੰਦਾ, ਤੁਸੀਂ ਜਾ ਕੇ ਸਮਝਾਉਂਦੇ ਹੋ, ਨਹੀਂ ਸਮਝਦਾ ਤਾਂ ਫਿਰ ਦੁਬਾਰਾ ਟੇਕ ਹੁੰਦਾ, ਤੀਜਾ ਟੇਕ ਹੁੰਦਾ, ਜਾਂ ਤੀਜੇ ਟੇਕ ਤੋਂ ਜਾਂ ਚੌਥਾ ਟੇਕ ਚੱਲ ਜਾਏ ਫਿਰ ਡੈਫੀਨੇਟਲੀ ਆਦਮੀ ਗੁੱਸੇ ਚਾਹੀਦਾ, ਕਿਉਂਕਿ ਟਾਈਮ ਦੀ ਬੜੀ ਵੈਲਿਊ ਹੈ। ਜਿਹੜੀ ਸੂਰਜ ਦੀ ਰੋਸ਼ਨੀ ਹੈ ਨਾ, ਉਹਦੀ ਬਹੁਤ ਵੈਲਿਊ ਹੈ। ਸੂਰਜ ਦੀ ਰੋਸ਼ਨੀ ਤੁਸੀਂ 1,00,000 ਬੱਲਬ ਵੀ ਲਗਾ ਦੋਗੇ ਉਹਨੂੰ ਮੈਚ ਨਹੀਂ ਕਰ ਸਕਦੇ। ਅਤੇ ਡੇ ਲਾਈਟ ਮੇਰਾ ਫੇਵਰੇਟ ਹੈ ਕਿ ਡੇ ਲਾਈਟ 'ਚ ਸ਼ੂਟ ਹੋਣੀ ਚਾਹੀਦੀ ਹੈ ਸਾਰੀ, ਅਤੇ ਸੂਰਜ ਦੀ ਰੋਸ਼ਨੀ ਮੈਂ ਬੜਾ ਬੜਾ ਵੈਲਿਊ ਕਰਨਾ। ਮੈਂ ਕੋਈ ਵੀ ਮਤਲਬ ਮੇਰੇ ਕੋਲ ਪੁੱਛਦਾ ਮੈਂ ਕਿ ਯਾਰ ਡੇ ਲਾਈਟ ਦੀ ਵੈਲਿਊ ਕਰੋ, ਡੇ ਲਾਈਟ ਖਰਾਬ ਨਾ ਹੋਣ ਦਿਓ, ਰਿਹਰਸ ਕਰਕੇ ਆਓ। ਪਰ ਡੇ ਲਾਈਟ ਅਗਰ ਤੁਹਾਡੀ 5 ਵਜੇ ਤੋਂ ਬਾਅਦ ਚਲੇਗੀ ਨਾ, 5:30 ਜੋ ਟਾਈਮ ਆਉਂਦਾ, ਉਸ ਤੋਂ ਬਾਅਦ ਜਿੰਨੀਆਂ ਮਰਜ਼ੀਆਂ ਲਾਈਟਾਂ ਲਾ ਲਓ ਉਹ ਮੈਚ ਨਹੀਂ ਕਰ ਪਾਓਗੇ, ਮੈਚ ਕਰ ਹੀ ਨਹੀਂ ਸਕਦੇ ਆਪਾਂ। ਅਤੇ ਡੇ ਲਾਈਟ ਦੀ ਵੈਲਿਊ ਨੂੰ ਸਮਝਣਾ ਬੜਾ ਜ਼ਰੂਰੀ ਹੈ। ਇਸ ਕਰਕੇ ਰਿਹਰਸਲ ਮੈਂ ਜ਼ਰੂਰ ਕਰਵਾ ਲੈਂਦਾ, ਉਹਦੇ ਬਾਵਜੂਦ ਵੀ ਇੰਸੀਡੈਂਟਸ ਹੋ ਜਾਂਦੇ, ਫਿਰ ਸਮਝਾਉਣਾ ਪੈਂਦਾ। ਮਤਲਬ ਮੈਂ ਕੋਈ ਬਹੁਤ ਗਾਲੀ ਗਲੋਚ ਜਾਂ ਇੱਦਾਂ ਦੀ ਕੋਈ ਗੱਲ ਨਹੀਂ ਕਰਦਾ, ਨਾ ਹੀ ਮੈਂ ਆਪਣੇ ਸੈੱਟ 'ਤੇ ਸਾਰਿਆਂ ਨੂੰ ਮਨਾ ਕਰਦਾ ਕਿ, ਕਿਉਂਕਿ ਲੇਡੀਜ਼ ਵਗੈਰਾ ਵੁਮੈਨ ਐਕਟਰਸ ਡੋਂਟ ਯੂਜ਼ ਐਨੀ ਅਬਿਊਜ਼ਿਵ ਵਰਡਸ, ਅਤੇ ਬਟ ਇਹ ਕਿ ਡਾਂਟਣਾ ਜ਼ਰੂਰੀ ਹੋ ਜਾਂਦਾ ਕਈ ਵਾਰੀ ਇੱਦਾਂ ਦੀ ਸਿਚੁਏਸ਼ਨ ਆ ਜਾਏ ਤਾਂ। ਜੇਕਰ ਪੂਰੀ ਫਿਲਮ ਦੀ ਗੱਲ ਕਰੀਏ ਐਜ਼ ਅ ਡਾਇਰੈਕਟਰ, ਤੁਸੀਂ ਸਭ ਤੋਂ ਜ਼ਿਆਦਾ ਕਿਹੜੀ ਚੀਜ਼ ਨੂੰ ਆਪਣੇ ਦਿਮਾਗ ਵਿੱਚ ਰੱਖਦੇ ਹੋ, ਜਾਂ ਕਾਫੀ ਸਾਰੀਆਂ ਚੀਜ਼ਾਂ ਨੂੰ ਆਪਣੇ ਦਿਮਾਗ 'ਚ ਰੱਖਦੇ? ਕਿ ਇੱਕ ਪੂਰੀ ਮੂਵੀ ਦੇ ਵਿੱਚ ਇੱਕ ਹੁੰਦਾ ਨਾ ਕਿ ਇੱਕ ਯੂਨੀਕ ਪੁਆਇੰਟ ਹੁੰਦਾ ਕਿ ਜੇਕਰ ਉਹ ਸਾਡਾ ਸ਼ਾਇਦ ਜੇਕਰ ਖਰਾਬ ਹੋ ਜਾਏ ਤਾਂ ਸ਼ਾਇਦ ਮੂਵੀ ਵਧੀਆ ਨਾ ਲੱਗੇ, ਹੈ ਨਾ, ਕਿਉਂਕਿ ਹਰ ਚੀਜ਼ 'ਚ ਆਈ ਥਿੰਕ ਸੋ ਹਾਈ ਹਰ ਫੀਲਡ 'ਚ ਇਹੋ ਜਿਹਾ ਚੀਜ਼ਾਂ ਹੁੰਦੀਆਂ ਨੇ। ਸੋ ਤੁਸੀਂ ਆਪਣੀ ਕੀ ਚੀਜ਼ ਦਿਮਾਗ 'ਚ ਰੱਖਦੇ ਹੋ? ਮੇਰਾ ਇਮੋਸ਼ਨ ਜਿਹੜਾ ਨਾ, ਇਮੋਸ਼ਨ 'ਤੇ ਪਕੜ ਮੈਨੂੰ ਲੱਗਦਾ ਅੱਛੀ ਹੈ, ਕਿ ਇਮੋਸ਼ਨਲੀ ਕਨੈਕਟ ਕਰਨਾ ਆਡੀਅੰਸ ਨੂੰ ਬਹੁਤ ਜ਼ਰੂਰੀ ਹੈ। ਤੁਸੀਂ ਫਿਲਮ ਦੇਖਣ ਜਾਓ, ਤੁਹਾਨੂੰ ਲੱਗੇ ਤੁਸੀਂ ਜਿਵੇਂ ਤੁਸੀਂ ਹੁਣ ਜ਼ਿਕਰ ਕੀਤਾ ਕਿ ਮੈਂ ਵਾਪਸੀ ਦੇਖ, ਇੱਦਾਂ ਮੈਨੂੰ ਮਤਲਬ ਹਜ਼ਾਰਾਂ ਮੈਸੇਜ ਆਏ ਕਿ ਅਸੀਂ ਫਿਲਮ ਦੇਖੀ ਨਾ ਵੀ ਸਟਾਰਟਡ ਕਰਾਈਮ, ਕਿਉਂਕਿ ਇਮੋਸ਼ਨਲੀ ਕਨੈਕਟ ਹੋ ਗਏ। ਇੱਦਾਂ ਹੀ ਮੇਰੀ ਪਿਛਲੀ ਫਿਲਮ 'ਚ ਡਰਪੋਕ ਉਹ ਵੀ ਦੇਖੀ, ਲੋਕ ਪੀਪਲ ਵਰ ਸੋ ਕਨੈਕਟਡ ਵਿਦ, ਪੰਜਾਬੀ ਜੀ ਬੋਲਣਾ, ਲੋਕ ਇੰਨੇ ਜ਼ਿਆਦਾ ਕਨੈਕਟ ਹੋ ਗਏ ਉਸ ਸਟੋਰੀ ਦੇ ਨਾਲ, ਉਸ ਕਰੈਕਟਰਸ ਦੇ ਨਾਲ, ਉਹਨਾਂ ਲੱਗਿਆ ਕਿ ਯਾਰ ਕਿਉਂ ਇੱਦਾਂ ਇਹਦੇ ਨਾਲ ਇੱਦਾਂ ਹੋਇਆ, ਉਹ ਕਨੈਕਟ ਹੋ ਜਾਂਦੇ। ਇਮੋਸ਼ਨ ਬਹੁਤ ਜ਼ਰੂਰੀ ਹੈ, ਮਤਲਬ ਇਮੋਸ਼ਨਲੀ ਕਨੈਕਟ ਕਰਨਾ ਬਹੁਤ ਜ਼ਰੂਰੀ ਹੈ ਆਡੀਅੰਸ ਨੂੰ। ਇਹ ਮੈਨੂੰ ਲੱਗਦਾ ਕਿ ਇੱਕ ਡਾਇਰੈਕਟਰ ਦਾ ਨਾ ਫੋਟੇ ਹੋਣਾ ਬਹੁਤ ਜ਼ਰੂਰੀ ਹੈ, ਕਿ ਇਮੋਸ਼ਨਲੀ ਕਨੈਕਟ ਕਰੋ।
ਤੇ ਹੁਣ ਤੁਹਾਡੇ ਫਿਊਚਰ ਪਲਾਨਸ ਕੀ ਹੈ? ਕੁਝ ਸੋਚ ਰਹੇ ਹੋ ਪੰਜਾਬੀ ਸਿਨੇਮਾ ਦੇ ਵਿੱਚ ਹੋਰ ਮੂਵੀਜ਼ ਕੰਟੈਂਟ ਬੇਸਡ ਹੀ ਸੋਚ ਰਹੇ ਹੋ ਜਾਂ ਫਿਰ ਕੁਝ ਕਮਰਸ਼ੀਅਲ ਵਾਲੇ, ਜਾਂ ਤੁਸੀਂ ਇੱਕ ਸਿੱਧੀਆਂ ਫਿਲਮਾਂ ਹੀ ਬਣਾਉਣ ਬਾਰੇ ਸੋਚ ਰਹੇ ਹੋ ਕਿ ਲੋਕਾਂ ਨੂੰ ਥੋੜਾ ਜਿਹਾ ਸੀਰੀਅਸ ਮੂਡ ਤੇ ਹੀ ਰੱਖਿਆ ਜਾਵੇ? ਨਹੀਂ ਨਹੀਂ, ਸੀਰੀਅਸ ਨਹੀਂ, ਇੱਦਾਂ ਕੋਈ ਗੱਲ ਨਹੀਂ ਕਿ ਮੈਂ ਸੀਰੀਅਸ ਫਿਲਮਾਂ ਹੀ ਬਣਾਵਾਂਗਾ। ਮੇਰੀ ਆਉਣ ਵਾਲੇ ਇੱਕ ਸਾਲ 'ਚ ਐਟਲੀਸਟ ਦੋ ਫਿਲਮਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਕਿਆ ਬਾਤ ਹੈ! ਤੇ ਔਰ ਦੋਨੋਂ ਡਿਫਰੈਂਟ ਜਾਨਰ ਹੈ, ਇੱਕ ਬੜੀ ਇਮੋਸ਼ਨਲ ਡਰਾਮਾ ਹੈ, ਦੂਸਰਾ ਕੰਪਲੀਟਲੀ ਯੂ ਨੋ ਗ੍ਰੈਂਜਰ ਵਾਲੀ ਫਿਲਮ ਹੈ। ਉਹਦੇ 'ਚ ਇਮੋਸ਼ਨਸ ਹੈਗੇ ਹੈ, ਫੈਮਿਲੀ ਇਮੋਸ਼ਨਸ ਹੈ, ਅਤੇ ਬਟ ਉਹ ਕੰਪਲੀਟਲੀ ਬਿਗ ਯੂ ਨੋ ਕੈਨਵਸ ਜਿਹੜੀ ਹੈ। ਦੂਜੀ ਫਿਲਮ ਜਿਹੜੀ ਫਸਟ ਫਿਲਮ ਮੈਂ ਹੁਣ ਕਰ ਰਿਹਾ, ਮੈਂ ਉਹਦਾ ਹਾਲੀ ਨਾਮ ਨਹੀਂ ਦੱਸ ਸਕਦਾ ਤੁਹਾਨੂੰ, ਬਟ ਬਹੁਤ ਅੱਛੀ ਔਰ ਬਹੁਤ ਸਾਫ਼ ਸੁਥਰੀ ਇੱਕ ਫਾਦਰ ਐਂਡ ਸਨ ਦੀ ਕਹਾਣੀ ਹੈ, ਜੋ ਦਰਸ਼ਕਾਂ ਨੂੰ, ਮੈਨੂੰ 100% ਯਕੀਨ ਹੈ ਕਿ ਲੋਕਾਂ ਨੂੰ ਬਹੁਤ ਪਸੰਦ ਆਏਗੀ। ਵਾਪਸੀ ਤੋਂ ਸ਼ਾਇਦ ਦੋ ਸਟੈਪ ਉੱਪਰ ਹੀ ਹੋਏਗੀ ਉਹ। ਜਦੋਂ ਆਪਾਂ ਫਿਲਮ ਦੇਖ ਕੇ ਆਈਦਾ ਨਾ, ਜਿੱਦਾਂ ਹੁਣ ਮੈਂ ਵਾਪਸੀ ਦੇਖੀ ਜੀ, ਮੈਨੂੰ ਸੀਰੀਅਸਲੀ ਮੇਰੇ ਦਿਲ 'ਚੋਂ ਬਹੁਤ ਵਧੀਆ ਲੱਗੀ ਅਤੇ ਉਸ ਤੋਂ ਬਾਅਦ ਜਦੋਂ ਨਿਕਲ ਕੇ ਕਰੀਦੇ ਨਾ, ਫਿਰ ਬੰਦਾ ਸਭ ਤੋਂ ਪਹਿਲਾਂ ਇਹੀ ਕਹਿੰਦਾ ਯਾਰ ਵਾਹ, ਡਾਇਰੈਕਟਰ ਨੇ ਕਿਆ ਫਿਲਮ ਬਣਾਈ, ਕਿੱਦਾਂ ਸੋਚਿਆ ਹੋਊਗਾ, ਕੀ ਕੀ ਚੀਜ਼ਾਂ ਨੂੰ, ਕਿਉਂਕਿ ਪੂਰੀ ਜੇਕਰ 2 ਘੰਟੇ ਦੀ ਫਿਲਮ, ਉਹਦੇ ਹਰ ਇੱਕ ਸੀਨ ਨੂੰ ਸੋਚਣਾ, ਐਡੀਟਿੰਗ, ਬਹੁਤ ਚੀਜ਼ਾਂ, ਬਹੁਤ ਸਾਰੇ ਕੰਮ ਹੁੰਦੇ ਨਿੱਕੇ ਨਿੱਕੇ ਨਿੱਕੇ, ਅਤੇ ਫਿਰ ਉਸ ਤੋਂ ਬਾਅਦ ਕਹਿੰਦੇ ਕਿ ਵਾਹ, ਅਦਾਕਾਰ ਨੇ ਉਸ ਤੋਂ ਵੀ ਵਧੀਆ ਕੰਮ ਕੀਤਾ। ਅਤੇ ਜੇਕਰ ਹਰੀਸ਼ ਵਰਮਾ ਦੀ ਗੱਲ ਕਰੀਏ, ਤੁਹਾਨੂੰ ਕਿੰਨਾ ਕੁ ਹਰੀਸ਼ ਨੂੰ ਦੱਸਣਾ ਪਿਆ, ਜਾਂ ਜਦੋਂ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਲੋਕਾਂ ਦੇ ਕਮੈਂਟਸ ਆਏ, ਕਿੰਨੇ ਕੁ ਤੁਹਾਡੇ ਲਈ ਆਏ ਜਾਂ ਕਿੰਨੇ ਕੁ ਹਰੀਸ਼ ਲਈ ਆਏ? ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿਹਦੇ ਲਈ ਆਏ। ਲੋਕਾਂ ਨੂੰ ਫਿਲਮ ਚੰਗੀ ਲੱਗੀ, ਸਭ ਤੋਂ ਪਹਿਲਾਂ ਤਾਂ ਕਮੈਂਟ ਆ ਜਾਂਦਾ ਕਿ ਫਿਲਮ ਬੜੀ ਵਧੀਆ। ਜੇ ਫਿਲਮ ਬੜੀ ਵਧੀਆ ਤਾਂ ਹਰੀਸ਼ ਦਾ ਵੀ ਕੰਮ ਵਧੀਆ, ਮੇਰਾ ਵੀ ਵਧੀਆ, ਬਾਕੀ ਸਾਰਿਆਂ ਦਾ ਵੀ ਵਧੀਆ। ਅਤੇ ਗੱਲ ਉਹੀ ਹੈ ਕਿ ਹਰੀਸ਼ ਐਕਟਰ ਇੰਨਾ ਅੱਛਾ ਹੈ, ਉਹਨੂੰ ਇੱਕ ਵਾਰੀ ਸਮਝਾਉਣਾ ਪੈਂਦਾ, ਇੱਕ ਵਾਰ ਦੱਸਣਾ ਜ਼ਰੂਰੀ ਹੈ, ਹਰ ਐਕਟਰ ਨੂੰ ਜ਼ਰੂਰੀ ਹੈ। ਬਟ ਉਹ ਆਪਣੀ ਤਰਫੋਂ ਵੀ ਬੜਾ ਪ੍ਰਿਪੇਅਰ ਕਰਦਾ ਹੈ, ਐਂ ਨਹੀਂ ਕਿ ਜਿੰਨਾ ਸਮਝਾਇਆ ਉਨਾ ਹੀ ਕਰੇਗਾ, ਫਿਰ ਆਪਣੇ ਆਈਡੀਆਜ਼ ਵੀ ਦਿੰਦਾ, ਚੰਗੀ ਗੱਲ ਹੈ। ਅਤੇ ਜੇ ਮੈਨੂੰ ਚੰਗੇ ਲੱਗੇ, ਮੈਂ ਕਿਹਾ ਯਾਰ ਲੈਟਸ ਡੂ ਇਟ, ਬਿਲਕੁਲ ਠੀਕ ਕਹਿ ਰਹੇ ਹੋ ਤੂੰ, ਅਤੇ ਉਹਦਾ ਕ੍ਰੈਡਿਟ ਡੈਫੀਨੇਟਲੀ ਐਕਟਰ ਨੂੰ ਜਾਂਦਾ। ਅਤੇ ਇੱਦਾਂ ਦੇ ਹੀ ਐਕਟਰ ਸਾਨੂੰ ਹੋਰ ਚਾਹੀਦੇ ਹੈ ਪੰਜਾਬੀ ਇੰਡਸਟਰੀ 'ਚ। ਮੇਰੇ ਖਿਆਲ ਬਾਕੀ ਜਿਹੜੇ ਅੱਜ ਦੇ ਜਿਹੜੇ ਐਕਟਰ ਸਟਾਰਸ ਹੈਗੇ, ਉਹ ਵੀ ਇਸ ਗੱਲ ਨੂੰ ਸਮਝਦੇ ਹੈ, ਉਹ ਸਮਝਦੇ ਪਏ, ਤਾਂ ਹੀ ਉਹ ਅੱਛੀਆਂ ਫਿਲਮਾਂ ਦੇਣੀਆਂ ਸ਼ੁਰੂ ਕਰਤੀਆਂ ਉਹਨਾਂ ਨੇ, ਕੰਟੈਂਟ ਬੇਸਡ ਐਕਟਿੰਗ ਅੱਛੀ ਉਹਨਾਂ ਦੀ। ਅਤੇ ਹਰੀਸ਼ ਦਾ ਤਾਂ ਇਸ ਮਾਮਲੇ 'ਚ ਮੈਂ ਬੜੀ ਤਾਰੀਫ ਕਰਨਾ, ਹਰੀਸ਼ ਨੇ ਬਹੁਤ ਬਹੁਤ ਬਿਹਤਰੀਨ ਤਰੀਕੇ ਨਾਲ ਕੰਮ ਨਿਭਾਇਆ ਫਿਲਮ 'ਚ। ਹੁਣ ਜੇਕਰ ਥੀਏਟਰ ਆਰਟਿਸਟ ਦੀ ਗੱਲ ਕਰੀਏ, ਹਰੀਸ਼ ਵੀ ਥੀਏਟਰ ਆਰਟਿਸਟ ਨੇ, ਥੀਏਟਰ ਆਰਟਿਸਟ ਓਬਵੀਅਸਲੀ ਬਹੁਤ ਵਧੀਆ ਅਦਾਕਾਰ ਹੁੰਦੇ ਨੇ, ਪਰ ਜੇਕਰ ਅੱਜ ਕੱਲ੍ਹ ਆਪਣੇ ਪੰਜਾਬੀ ਸਿਨੇਮਾ ਦੀ ਗੱਲ ਕਰੀਏ, ਉਹਦੇ ਵਿੱਚ ਥੀਏਟਰ ਆਰਟਿਸਟ ਨੂੰ ਨਹੀਂ ਮੌਕਾ ਦਿੱਤਾ ਜਾਂਦਾ, ਚਾਹੇ ਉਹ ਬਹੁਤ ਵਧੀਆ, ਆਲਰੇਡੀ ਜਿਹੜੇ ਪਹਿਲੇ ਸਿੰਗਰ ਨੇ ਉਹੀ ਐਕਟਰ ਬਣ ਰਹੇ ਨੇ। ਸੋ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਮੌਕਾ ਮਿਲਣਾ ਚਾਹੀਦਾ, ਜਾਂ ਪਹਿਲੇ ਜਿਹੜੇ ਰੇਨੋਨਡ ਐਕਟਰਸ ਹੈਗੇ ਨੇ ਜਾਂ ਸਿੰਗਰਸ ਨੇ, ਉਹਨਾਂ ਨੂੰ ਫਿਲਮ ਲੈ ਕੇ ਸ਼ਾਇਦ ਸਾਡੀ ਫਿਲਮ ਚੱਲ ਜਾਵੇ, ਇਹ ਵੀ ਬਹੁਤ ਲੋਕਾਂ ਦੀ ਸੋਚ ਹੈ। ਸੋ ਤੁਹਾਨੂੰ ਲੱਗਦਾ ਕਿ ਇਸ ਚੀਜ਼ ਬਾਰੇ ਕੁਝ ਹੋਣਾ ਚਾਹੀਦਾ ਚੇਂਜ? ਨਹੀਂ, ਚੇਂਜ ਤਾਂ ਦੇਖੋ ਆਡੀਅੰਸ ਨੂੰ ਜੋ ਚੀਜ਼ ਪਸੰਦ ਆ ਉਹਨਾਂ ਨੇ ਉਹੀ ਵੇਖਣੀ ਆ। ਬੜੇ ਵੱਡੇ ਵੱਡੇ ਸਿੰਗਰ ਦੀਆਂ ਫਿਲਮਾਂ ਫਲੋਪ ਹੋ ਗਈਆਂ, ਹਾਂ, ਕਿਉਂਕਿ ਉਹਨਾਂ ਨੂੰ ਪਸੰਦ ਨਹੀਂ ਹੈ। ਬਿਲਕੁਲ। ਅਤੇ ਹੁਣ ਬੀਨੂ ਢਿੱਲੋਂ ਜੀ ਬੜੇ ਅੱਛੇ ਐਕਟਰ ਨੇ, ਉਹ ਥੀਏਟਰ ਵੀ ਕਰਦੇ, ਅਤੇ ਉਹਨਾਂ ਦਾ ਕੰਮ ਲੋਕਾਂ ਨੂੰ ਪਸੰਦ ਆ ਰਿਹਾ, ਉਹ ਉਹਨਾਂ ਦੀ ਮਤਲਬ ਐਜ਼ ਐਨ ਐਕਟਰ ਬੜੀ ਅੱਛੀ ਪਹਿਚਾਣ ਔਰ ਵੱਡੀ ਪਹਿਚਾਣ ਬਣਦੀ ਜਾ ਰਹੀ ਹੈ। ਇੱਦਾਂ ਹੀ ਹੋਰ ਵੀ ਜਿਹੜੇ ਬਾਕੀ ਐਕਟਰਸ ਹੈ, ਗੁਰਪ੍ਰੀਤ ਘੁੱਗੀ, ਹੋਰ ਰਾਣਾ ਰਣਵੀਰ, ਅਤੇ ਲੋਕਾਂ ਨੂੰ ਪਸੰਦ ਹੈ ਇਹਨਾਂ ਦੀ ਐਕਟਿੰਗ, ਲੋਕ ਇਹਨਾਂ ਨੂੰ ਵੀ ਦੇਖਣ ਜਾਂਦੇ ਹੈ। ਇੱਕ ਸਟਾਰ ਚਾਹੀਦਾ ਹੁੰਦਾ ਫਿਲਮ 'ਚ, ਪਾਪੂਲਰ, ਜਿਹੜਾ ਯੂਥ 'ਚ ਪਾਪੂਲਰ ਹੈ ਜਾਂ ਬੱਚਿਆਂ 'ਚ ਪਾਪੂਲਰ, ਉਹ ਜ਼ਰੂਰੀ ਹੈ ਲੋਕਾਂ ਨੂੰ ਇੱਕ ਵਾਰ ਅੰਦਰ ਸਿਨੇਮਾ 'ਚ ਲੈ ਕੇ ਆਉਣ ਵਾਸਤੇ। ਜਦੋਂ ਸਿਨੇਮਾ 'ਚ ਅੰਦਰ ਜਾ ਕੇ ਦੇਖਦੇ ਆ, ਉਦੋਂ ਦੇਖਦੇ ਕਿ ਉਹ ਇਕੱਲਾ ਸਟਾਰ ਹੀ ਨਹੀਂ ਹੈ, ਬਾਕੀ ਐਕਟਰਸ ਹੈ ਜਿਹੜੀ ਫਿਲਮ ਨੂੰ ਸਜਾ ਦਿੰਦੇ ਹੈ, ਅਤੇ ਫਿਰ ਉਹਦੀ ਰਿਪੀਟ ਵੈਲਿਊ ਬਣਦੀ ਹੈ, ਫਿਰ ਉਹ ਬਾਹਰ ਆ ਕੇ ਦੱਸਦੇ, ਫਿਰ ਲੋਕ ਫਿਲਮ ਦੇਖਣ ਜਾਂਦੇ। ਸਿਰਫ ਇਕੱਲਾ ਸਿੰਗਰ ਜਾਂ ਕੋਈ ਵੱਡਾ ਸਟਾਰ ਫਿਲਮ ਨਹੀਂ ਚਲਾ ਸਕਦਾ, ਉਹਦੇ ਆਸ ਪਾਸ ਦੇ ਜਿਹੜੇ ਕਰੈਕਟਰਸ ਹੈ ਉਹ ਸਟਰੋਂਗ, ਉਹ ਹੀ ਹੈ ਜਿਹੜੇ ਥੀਏਟਰ ਕਰ ਰਹੇ, ਜਿਹਨਾਂ ਨੂੰ ਐਕਟਿੰਗ ਆਉਂਦੀ ਹੈ, ਜੋ ਸਮਝਦੇ ਸਿਨੇਮਾ ਨੂੰ। ਅਤੇ ਆਉਣ ਵਾਲਾ ਟਾਈਮ ਬਹੁਤ ਬਹੁਤ ਚੰਗਾ ਇਹਨਾਂ ਵਾਸਤੇ, ਸਿੰਗਰਸ ਵਾਸਤੇ ਵੀ, ਅਗਰ ਉਹ ਐਕਟਿੰਗ ਕਰਨਾ ਸਿੱਖ ਰਹੇ ਜਾਂ ਐਕਟਿੰਗ ਕਰਨੀ ਉਹਨਾਂ ਨੂੰ ਆ ਰਹੀ ਹੈ, ਤਾਂ ਹੀ ਉਹ ਅੱਗੇ ਲੋਕ ਫਿਲਮ ਦੇਖਣਗੇ, ਅਦਰਵਾਈਜ਼ ਰਿਜੈਕਟ ਕਰ ਦੇਣਗੇ। ਹੋਰ ਤੁਸੀਂ ਆਉਣ ਵਾਲੇ ਟਾਈਮ 'ਚ ਦੇਖੋਗੇ ਐਗਜ਼ਾਮਪਲਸ। ਇੱਕ ਆਪਣੇ ਪੰਜਾਬੀ ਲੋਕਾਂ ਦੀ ਨਾ ਥੋੜ੍ਹੀ ਜਿਹੀ ਸ਼ਾਇਦ ਮੈਂਟੈਲਿਟੀ ਵੀ ਹੋਵੇ, ਲੋਕ ਇਹ ਸੋਚਦੇ ਨੇ ਕਿ ਜੇਕਰ ਫਿਲਮ ਦੇ ਵਿੱਚ ਬੀਨੂ ਢਿੱਲੋਂ, ਬੀ ਐਨ ਸ਼ਰਮਾ ਜਾਂ ਘੁੱਗੀ ਜਾਂ ਰਾਣਾ ਰਣਵੀਰ ਨੇ, ਤਾਂ ਅਸੀਂ ਦਾਦੀ ਫਿਲਮ ਦੇਖਣ ਜਾਵਾਂਗੇ। ਉਹ ਇਹ ਨਹੀਂ ਸੋਚਦੇ ਕਿ ਸ਼ਾਇਦ ਫਿਲਮ ਦਾ ਕੰਟੈਂਟ ਉਸ ਤੋਂ ਵੀ ਵਧੀਆ ਹੋਵੇ, ਜਾਂ ਜਿਹੜੇ ਨਵੇਂ ਅਦਾਕਾਰ ਜਾਂ ਆਰਟਿਸਟ ਆਪਾਂ ਲੈ ਰਹੇ ਮੂਵੀ 'ਚ, ਉਹ ਵੀ ਬਹੁਤ ਵਧੀਆ ਹੋਣ। ਆਈ ਥਿੰਕ ਸੋ ਤੁਹਾਨੂੰ ਵੀ ਸ਼ਾਇਦ ਪਤਾ ਹੀ ਹੋਵੇਗਾ, ਉਹ ਇਹੀ ਸੋਚ ਕੇ ਫਿਲਮ ਦੇਖਣ ਜਾਂਦੇ ਨੇ, ਫਿਲਮ ਦੀ ਚਾਹੇ ਸਟੋਰੀ ਕੋਈ ਵੀ ਨਾ ਹੋਵੇ। ਇਹ ਵੀ ਚੀਜ਼ਾਂ ਦੀ ਲੋਕਾਂ ਦੀ ਥੋੜ੍ਹੀ ਜਿਹੀ ਮੈਂਟੈਲਿਟੀ ਹੈਗੀ ਆ, ਚੇਂਜ ਹੋ ਰਹੀ ਹੈ ਜੀ, ਬਹੁਤ ਚੇਂਜ ਹੋ ਰਹੀ ਹੈ, ਇਹ ਸਾਰੀਆਂ ਚੀਜ਼ਾਂ ਚੇਂਜ ਹੋ ਰਹੀਆਂ ਕਿ ਉਹ ਹੋਏਗਾ ਅਤੇ ਆਪਾਂ ਤਾਂ ਦੇਖਣ ਜਾਵਾਂਗੇ।
ਫਰਾਈਡੇ ਸੈਟਰਡੇ ਨੂੰ ਲੋਕ ਡਿਸਾਈਡ ਕਰਦੇ ਕਿ ਆਪਾਂ ਫਿਲਮ ਅੱਗੇ ਦੇਖਣ ਜਾਣੀ ਨਹੀਂ ਜਾਣੀ ਫਰਾਈਡੇ ਸੈਟਰਡੇ ਨੂੰ ਸੋਸ਼ਲ ਸਾਈਟ ਨਾ ਅਵੇਅਰਨੈਸ ਕਰ ਦਿੰਦੀ ਕਿ ਯੈਸ ਇਹ ਫਿਲਮ ਅੱਛੀ ਹੈ ਫਿਲਮ ਜਾਨ ਹੈ ਫਿਲਮ ਅੱਛੀ ਜਗ੍ਹਾ ਫਿਰ ਲੋਕ ਫਿਲਮ ਦੇਖਣ ਜਾਣਾ ਸ਼ੁਰੂ ਕਰਦੇ ਆ ਅਤੇ ਉਹ ਹੁਣ ਟਾਈਮ ਖਤਮ ਹੋ ਗਿਆ ਕਿ ਐਕਟਰ ਹੋਏਗਾ ਤਾਂ ਜਾਵਾਂਗੇ ਕਾਮੇਡੀ ਅਗਰ ਤੁਸੀਂ ਸਿਰਫ ਇਕੱਲੀ ਕਾਮੇਡੀ ਬਣਾਓਗੇ ਉਹ ਵੀ ਬਿਨਾਂ ਸਿਰ ਪੈਰ ਦੀ ਭਾਵੇਂ ਜਿਹੜਾ ਮਰਜ਼ੀ ਐਕਟਰ ਪਾ ਲਓ ਨਹੀਂ ਦੇਖਣ ਜਾਣਗੇ ਲੋਕ ਅੱਛਾ ਸਰ ਆਪਣੇ ਕੋਲ ਟਾਈਮ ਥੋੜ੍ਹਾ ਜਿਹਾ ਘੱਟ ਆ ਜੋ ਤੁਹਾਡੀਆਂ ਅਗਲੀਆਂ ਫਿਲਮਾਂ ਸੁਪਰ ਡੁਪਰ ਹਿੱਟ ਹੋਣਗੀਆਂ ਤੁਹਾਨੂੰ ਫਿਰ ਤੋਂ ਆਪਾਂ ਬੁਲਾਵਾਂਗੇ ਅਤੇ ਜਾਂਦੇ ਜਾਂਦੇ ਬਸ ਤੁਸੀਂ ਇਹ ਆਪਣਾ ਕੋਈ ਮੈਸੇਜ ਆਪਣੇ ਫੈਨਸ ਨੂੰ ਦਰਸ਼ਕਾਂ ਨੂੰ ਕੋਈ ਵੀ ਦੇਣਾ ਚਾਹੁੰਦੇ ਹੋ ਕਿ ਕਿੱਦਾਂ ਦੀਆਂ ਫਿਲਮਾਂ ਦੇਖੋ ਕਿਉਂ ਦੇਖੋ ਉਹ ਤੁਸੀਂ ਦੱਸ ਸਕਦੇ ਹੋ ਮੈਂ ਆਡੀਅੰਸ ਨੂੰ ਜਿਹੜੀ ਆਪਣੇ ਦਰਸ਼ਕ ਜਿਹੜੇ ਬਾਹਰ ਬੈਠੇ ਹੈ ਪੰਜਾਬ ਤੋਂ ਮੈਂ ਉਹਨਾਂ ਨੂੰ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਤੁਸੀਂ ਵਿਸ਼ਵਾਸ ਕਰੋ ਪੰਜਾਬੀ ਸਿਨੇਮਾ 'ਤੇ ਪੰਜਾਬੀ ਐਕਟਰਸ 'ਤੇ ਟੈਕਨੀਸ਼ੀਅਨਸ 'ਤੇ ਆਉਣ ਵਾਲੇ ਟਾਈਮ 'ਚ ਤੁਹਾਨੂੰ ਬਹੁਤ ਬਹੁਤ ਵਧੀਆ ਫਿਲਮ ਮੈਂ ਸਿਰਫ ਮੈਂ ਆਪਣੀ ਫਿਲਮ ਦੀ ਗੱਲ ਨਹੀਂ ਕਰ ਰਿਹਾ ਮੈਂ ਓਵਰਆਲ ਬਾਕੀ ਇੰਡਸਟਰੀ ਦੀ ਗੱਲ ਕਰ ਰਿਹਾ ਬਹੁਤ ਮਿਹਨਤ ਕਰ ਰਹੇ ਸਾਰੇ ਹੋਰ ਕੰਟੈਂਟ ਬੇਸਡ ਫਿਲਮਾਂ ਦੇ ਬਾਰੇ ਸੋਚਦੇ ਪਏ ਅੱਜ ਮੀਟਿੰਗਾਂ ਕਿਤੇ ਹੁੰਦੀਆਂ ਸੋਚੋ 90 ਮੀਟਿੰਗਾਂ ਇਹੀ ਹੁੰਦੀਆਂ ਕਿ ਯਾਰ ਕੰਟੈਂਟ ਬੇਸਡ ਫਿਲਮਾਂ ਬਣਾਉਣੀਆਂ ਕੰਟੈਂਟ ਹੋਣਾ ਚਾਹੀਦਾ ਸਭ ਬਹੁਤ ਬਹੁਤ ਕੋਸ਼ਿਸ਼ਾਂ ਕਰ ਰਹੇ ਔਰ ਆਉਣ ਵਾਲਾ ਟਾਈਮ ਬਹੁਤ ਵਧੀਆ ਹੈ ਵਿਸ਼ਵਾਸ ਕਰੋ ਔਰ ਫਿਲਮਾਂ ਦੇਖਣ ਪਲੀਜ਼ ਜਾਓ ਸਾਨੂੰ ਉਹਦੇ ਨਾਲ ਹੀ ਸਪੋਰਟ ਮਿਲਣੀ ਹੈ ਉਹੀ ਸਾਡੀ ਆਕਸੀਜਨ ਹੈ ਅਤੇ ਰਿਜੈਕਟ ਨਾ ਕਰੋ ਕਿ ਜਾਂ ਟੀ ਵੀ 'ਚ ਵੇਖ ਲਾਂਗੇ ਜਾਂ ਡੀ ਵੀ ਡੀ ਮੰਗਾ ਲਾਂਗੇ ਪਲੀਜ਼ ਥੋੜ੍ਹਾ ਜਿਹਾ ਸਾਨੂੰ ਤੁਹਾਡੀ ਲੋੜ ਹੈ ਤੁਹਾਡੀ ਸਪੋਰਟ ਦੀ ਬਾਕੀ ਜਿਵੇਂ ਤੁਸੀਂ ਸਪੋਰਟ ਕਰਦੇ ਦੂਸਰੇ ਮਾਮਲਿਆਂ 'ਚ ਸਿਨੇਮਾ ਸਾਡੇ ਪੰਜਾਬੀ ਸਿਨੇਮਾ ਨੂੰ ਵੀ ਤੁਹਾਡੀ ਬਹੁਤ ਲੋੜ ਹੈ ਪਲੀਜ਼ ਕਿਸੇ ਵੀ ਹਾਲਾਤ 'ਚ ਜਿਹੜੀਆਂ ਡੀ ਵੀ ਡੀਆਂ ਆਉਂਦੀਆਂ ਪਾਇਰੇਟਿਡ ਜਾਂ ਔਨਲਾਈਨ ਨਾ ਦੇਖੋ ਸਿਨੇਮਾ 'ਚ ਜਾਓ ਸਾਨੂੰ ਆਕਸੀਜਨ ਦਿਓ ਅਸੀਂ ਤੁਹਾਡੇ ਵਾਸਤੇ ਹੋਰ ਐਂਟਰਟੇਨਮੈਂਟ ਵਧੀਆ ਐਂਟਰਟੇਨਮੈਂਟ ਲੈ ਕੇ ਆਵਾਂਗੇ ਥੈਂਕ ਯੂ ਸੋ ਮਚ ਰਾਕੇਸ਼ ਜੀ ਥੈਂਕ ਯੂ ਸੋ ਮਚ ਥੈਂਕ ਯੂ ਜੀ ਅਗਲੇ ਵਾਰ ਫਿਰ ਹਾਜ਼ਰ ਹੋਵਾਂਗੇ ਕਿਸੇ ਨਵੀਂ ਸ਼ਖਸੀਅਤ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ